ਹੈਲੋ ਹੈਲੋ ਹਾਂਜੀ ਬਾਈ ਕਿੱਦਾਂ ਸਾਰੇ ਠੀਕ ਠਾਕ ਆ ਕੁਛ ਗੱਲਾਂ ਕਰਨੀਆਂ ਸੀ ਬਾਈ ਬਹੁਤ ਦਿਨ ਹੋ ਗਏ ਆ ਸੋਸ਼ਲ ਮੀਡੀਆ ਦੇ ਉੱਤੇ ਹੈ ਨਾ ਜਿਵੇਂ ਆਪਣੇ ਇੱਕ ਪ੍ਰਾਈਮ ਏਸ਼ੀਆ ਵਾਲੇ ਬਾਟ ਸਾਹਿਬ ਆ ਚੰਗਾ ਉਹਨਾਂ ਨੇ ਹਨੇਰੀ ਬਣਾਈ ਆ ਯੂਕੇ ਵਾਲੇ ਸਟੂਡੈਂਟਾਂ ਦੀ ਅਤੇ ਕੁਛ ਹੱਦ ਤੱਕ ਠੀਕ ਵੀ ਆ ਆਪਾਂ ਇਸੇ ਟੋਪਿਕ 'ਤੇ ਅੱਜ ਗੱਲ ਕਰਾਂਗੇ ਵੀ ਅਕੋਮੋਡੇਸ਼ਨ ਅਤੇ ਕੰਮ ਦੀ ਜਿਹੜੀ ਦਿੱਕਤ ਆ ਹੈ ਨਾ ਉਹਦੇ ਲਈ ਕੀ ਕਰ ਸਕਦੇ ਆ ਸਟੂਡੈਂਟ ਜਿਹੜੇ ਹੁਣੇ ਆਏ ਆ ਵੀ ਬਾਟ ਸਾਹਿਬ ਕਹਿੰਦੇ ਵੀ ਬੜਾ ਔਖਾ ਆ ਨਾ ਇੰਗਲੈਂਡ ਦੇ ਵਿੱਚ ਸਟੂਡੈਂਟਾਂ ਦਾ ਅਤੇ ਮੈਂ ਤਾਂ ਇੰਨਾ ਹੀ ਕਹੂੰਗਾ ਬਾਟ ਸਾਹਿਬ ਵੀ ਔਖਾ ਸਾਰੇ ਪਾਸੇ ਹੀ ਆ ਹੈ ਨਾ ਤੁਸੀਂ ਜਿੱਥੇ ਵੀ ਕੋਈ ਕੈਨੇਡਾ ਗਿਆ ਆ ਹੈ ਨਾ ਕਿਤੇ ਵੀ ਸਟੂਡੈਂਟ ਲਾਈਫ ਜਿਹੜੀ ਆ ਨਾ ਉਹ ਸਟਾਰਟਿੰਗ ਲਈ ਬਾਈ ਸਟਰਗਲ ਨਾਲ ਭਰੀ ਆ ਪੂਰੀ ਅਤੇ ਮੈਂ ਇੱਕ ਗੱਲ ਹੋਰ ਕਹੂੰਗਾ ਭਾਅ ਜੀ ਵੀ ਜਿਹੜੇ ਤਾਂ ਰਿਸਰਚ ਕਰਕੇ ਆਏ ਆ ਹੈ ਨਾ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਸਟੂਡੈਂਟ ਲਾਈਫ ਕੀ ਹੁੰਦੀ ਆ ਹੈ ਨਾ ਅਤੇ ਕੀ ਕਰਨਾ ਪੈਂਦਾ ਹੈ ਸਟਰਗਲ ਕਰਨੀ ਪੈਂਦੀ ਹੈ ਸਾਰੀ ਚੀਜ਼ ਕਰਨੀ ਪੈਂਦੀ ਉਹ ਪ੍ਰਪੇਅਰ ਹੋ ਕੇ ਆਏ ਆ ਉਹਨਾਂ ਲਈ ਥੋੜ੍ਹਾ ਜਿਹਾ ਔਖਾ ਹੈ ਜਿਹੜੇ ਬਿਨਾਂ ਮਤਲਬ ਕੁਛ ਰਿਸਰਚ ਦੇ ਆ ਗਏ ਆ ਅਤੇ ਕਹਿੰਦੇ ਆ ਜੀ ਹਾਂਜੀ ਬੜਾ ਔਖਾ ਆ ਕੰਮ ਕੁੰਮ ਦਾ ਸਾਰਾ ਕੁਛ ਇਹ ਤਾਂ ਹੋਣਾ ਹੀ ਹੋਣਾ ਬਾਈ ਤੁਸੀਂ ਜਿੱਥੇ ਮਰਜ਼ੀ ਜਾ ਵੜੋ ਕੈਨੇਡਾ ਅਮਰੀਕਾ ਜਿੱਥੇ ਮਰਜ਼ੀ ਜਾ ਵੜੋ ਹੈ ਨਾ ਸਟੂਡੈਂਟ ਨੂੰ ਪਹਿਲੇ ਦਿਨ ਹੀ ਪਹਿਲੇ ਜਿਹੜੇ ਕੁਛ ਵੀਕ ਹੈਗੇ ਜਾਂ ਕੁਛ ਮੰਥ ਹੈਗੇ ਆ ਅਤੇ ਉਹ ਉਹਨਾਂ ਨੂੰ ਐਂ ਸਰਵਾਈਵ ਕਰਨਾ ਹੀ ਪੈਣਾ ਬਾਕੀ ਗੱਲ ਇਹ ਆ ਵੀ ਅਗਰ ਤੁਹਾਨੂੰ ਕੋਈ ਕੰਮ ਜਾਂ ਅਕੋਮੋਡੇਸ਼ਨ ਨਹੀਂ ਮਿਲ ਰਹੀ ਮੇਰੀ ਥੋੜ੍ਹੀ ਸੁਜੈਸ਼ਨ ਇਹ ਆ ਆਪਣੇ ਜਿੰਨੇ ਪੰਜਾਬੀ ਹੈਗੇ ਨਾ ਸਾਰੇ ਵੀਰੇ ਸਾਰੇ ਬੈਠੇ ਸਾਊਥ ਵੱਲ ਲੰਡਨ ਹੈ ਨਾ ਜਾਂ ਬਰਮਿੰਗਮ ਠੀਕ ਆ ਉੱਥੇ ਕੰਮ ਦੀ ਅਵੇਲੇਬਿਲਟੀ ਹੈਗੀ ਆ ਪਰ ਹੁਣ ਜੇ ਰਸ਼ ਹੀ ਇੰਨਾ ਪੈ ਚੁੱਕਿਆ ਹੈ ਵੀ ਸਾਰੇ ਪੰਜਾਬੀ ਆਪਣੇ ਲੰਡਨ ਬਰਮਿੰਗਮ ਬੈਠੇ ਆ ਹੈ ਨਾ ਅਤੇ ਉੱਥੇ ਫਿਰ ਕੰਮ ਦਾ ਕੰਪੀਟੀਸ਼ਨ ਬਹੁਤ ਵੱਧ ਗਿਆ ਹੈ ਠੀਕ ਹੈ ਅਤੇ ਤੁਸੀਂ ਵੀਰੇ ਜਿਹੜਾ ਇੰਗਲੈਂਡ ਦਾ ਮੈਪ ਉਹਨੂੰ ਜ਼ੂਮ ਕਰਕੇ ਦੇਖੋ ਠੀਕ ਹੈ ਤੁਹਾਡੇ ਯੂਨੀਵਰਸਿਟੀ ਦੇ ਲਾਗੇ ਦਾਗੇ ਹੋਰ ਵੀ ਪਿੰਡ ਵਗੈਰਾ ਬਥੇਰੀਆਂ ਹੋਣਗੀਆਂ ਨਿੱਕੇ ਨਿੱਕੇ ਜਿਹੜੇ ਟਾਊਨ ਆ ਹੈ ਨਾ ਇੰਡਸਟਰੀਅਲ ਏਰੀਆ ਜਿੱਥੇ ਹੈਗਾ ਹੈ ਉੱਥੇ ਜਾਓ ਵੀਰੇ ਕੰਮ ਦੇਖੋ ਲੰਡਨ ਅਤੇ ਬਰਮਿੰਗਮ ਨੂੰ ਛੱਡ ਦਿਓ ਠੀਕ ਹੈ ਕਿਉਂਕਿ ਉਹ ਕੰਫਰਟੇਬਲ ਜ਼ੋਨ ਆ ਸਾਰਿਆਂ ਦਾ ਜੇ ਉੱਥੇ ਰਹੋਗੇ ਤਾਂ ਬਈ ਕੰਮ ਦੀ ਦਿੱਕਤ ਆਉਣੀ ਹੈ ਅਕੋਮੋਡੇਸ਼ਨ ਦੀ ਦਿੱਕਤ ਆਉਣੀ ਹੈ ਇਹਨਾਂ ਪਲੇਸਿਸ ਨੂੰ ਲੀਵ ਕਰਕੇ ਛੋਟੇ ਟਾਊਨ ਦੇ ਵਿੱਚ ਜਾਓ ਹੈ ਨਾ ਤੁਹਾਨੂੰ ਕੰਮ ਜ਼ਰੂਰ ਮਿਲੂਗਾ ਛੋਟੇ ਟਾਊਨ ਦੇ ਵਿੱਚ ਜਾਣ ਦਾ ਫਾਇਦਾ ਇਹੀ ਆ ਤੁਹਾਨੂੰ ਜਿਹੜੀ ਅਕੋਮੋਡੇਸ਼ਨ ਉਹ ਸਸਤੀ ਮਿਲੂਗੀ ਠੀਕ ਹੈ ਅਤੇ ਕੰਮ ਦੀ ਅਵੇਲੇਬਿਲਟੀ ਵੀ ਜਿਹੜੀ ਤੁਹਾਡੀ ਉਹ ਰਹੂਗੀ ਕਿ ਬਈ ਇੱਕ ਚੀਜ਼ ਤਾਂ ਹੈ ਮਿਹਨਤ ਜ਼ਰੂਰ ਕਰਨੀ ਪੈਣੀ ਆ ਮਿਹਨਤ ਬਿਨਾਂ ਕੁਛ ਨਹੀਂ ਉਹਨਾਂ ਲਈ ਔਖਾ ਜ਼ਰੂਰ ਆ ਜਿਹੜੇ ਆਪਣੇ ਇੰਡੀਆ ਤੋਂ ਜਮ੍ਹਾਂ ਵਿਹਲੇ ਆਏ ਆ ਦੇਖਦੀ ਫਿਰਦੀ ਇੰਡੀਆ ਤੋਂ ਸਾਰੇ ਵਿਹਲੇ ਆਉਂਦੇ ਹੁੰਦੇ ਆ ਹਾਂ ਸਾਰੇ ਵਿਹਲੇ ਆ ਜਿਵੇਂ ਹੈ ਨਾ ਕੋਈ ਇੰਨਾ ਔਖਾ ਜਿਹਾ ਲੱਗਦਾ ਉਹਨਾਂ ਨੂੰ ਹੈ ਨਾ ਆਉਣਾ ਅਤੇ ਆ ਕੇ ਇੱਥੇ ਆਪਦਾ ਘਰ ਬਾਰ ਛੱਡ ਕੇ ਘਰ ਲੱਭਣਾ ਕੰਮ ਲੱਭਣਾ ਹੈ ਨਾ ਅਤੇ ਫਿਰ ਫੀਸਾਂ ਦੀ ਟੈਨਸ਼ਨ ਯੂਨੀਵਰਸਿਟੀ ਆਉਣਾ ਜਾਣਾ ਖਰਚਾ ਹੈ ਨਾ ਨਵੇਂ ਥਾਂ 'ਤੇ ਆ ਜਾਂਦੇ ਇੱਕਦਮ ਬਈ ਮੰਨਿਆ ਥੋੜ੍ਹਾ ਡਿਫੀਕਲਟ ਹੁੰਦਾ ਹੈ ਨਾ ਥੋੜ੍ਹਾ ਜਿਹਾ ਔਖਾ ਲੱਗਦਾ ਪਰ ਹੌਲੀ ਹੌਲੀ ਆਪਾਂ ਯੂਜ਼ ਟੂ ਹੋ ਜਾਂਦੇ ਉਸ ਚੀਜ਼ ਦੇ ਹਾਂਜੀ ਬਾਈ ਗੱਲ ਇਹ ਆ ਵੀ ਜਿਵੇਂ ਮੇਰੇ ਨਾਲ ਦੇ ਕਈ ਸਟੂਡੈਂਟ ਆ ਅਤੇ ਆਪਣੇ ਮਿੱਤਰ ਵੀ ਆ ਉਹ ਹੈ ਨਾ ਅਤੇ ਕਾਫੀ ਸਕਸੈਸ ਹੋ ਚੁੱਕੇ ਆ ਉਹ ਕੁਛ ਹੱਦ ਤੱਕ ਕੁਛ ਕੁ ਤਾਂ ਇੰਡੀਆ ਵੀ ਚੱਲੇ ਆ ਹਜੇ ਉਹਨਾਂ ਨੂੰ ਸਾਲ ਪੂਰਾ ਵੀ ਨਹੀਂ ਹੋਇਆ ਅਤੇ ਵਧੀਆ ਉਹਨਾਂ ਨੇ ਚਲੋ ਪੈਸੇ ਪੂਏ ਪੂਰੇ ਕਰ ਲਿਆ ਅਤੇ ਇੰਡੀਆ ਚੱਲੇ ਆ ਹੈ ਨਾ ਅਤੇ ਇੱਕ ਮਿੱਤਰ ਸੀਗਾ ਮੇਰਾ ਉਹ ਲੱਗਿਆ ਹੋਇਆ ਕਿਤੇ ਸ਼ੋਪ 'ਤੇ ਨਾ ਤਾਂ ਉਹ ਲੰਡਨ ਆ ਨਾ ਉਹ ਬਰਮਿੰਗਮ ਆ ਹੈ ਨਾ ਅਤੇ ਉਹ ਵੀ ਚੰਗੇ ਪੈਸੇ ਕਮਾ ਰਿਹਾ ਹੈ ਹੈ ਨਾ ਵਧੀਆ ਖਰਚਾ ਉਹਦਾ ਚੱਲੀ ਜਾਂਦਾ ਅਤੇ ਬਾਕੀ ਗੱਲ ਬਈ ਜਿਹੜੀ ਸਟੂਡੈਂਟਸ ਦੀ ਆ ਹੈ ਨਾ ਜੇ ਕਿਸੇ ਨੂੰ ਹਜੇ ਕੰਮ ਨਹੀਂ ਮਿਲਿਆ ਜਾਂ ਕਿਵੇਂ ਆ ਬਈ ਫਿਰ ਲੋੜ ਆ ਥੋੜ੍ਹੀ ਜਿਹੀ ਆਪਾਂ ਨੂੰ ਨਾ ਸਕਿੱਲ ਅਪ ਕਰਨ ਦੀ ਜਿਵੇਂ ਕੋਈ ਡਰਾਈਵਰ ਆ ਵੀਰ ਹੈ ਨਾ ਅਤੇ ਆਪਣਾ ਉਹ ਡਰਾਈਵਿੰਗ ਲਾਈਸੈਂਸ ਬਣਾ ਲਏ ਠੀਕ ਹੈ ਕਾਫੀ ਓਪਰਚੁਨਿਟੀਜ਼ ਮਿਲ ਜਾਂਦੀਆਂ ਡਰਾਈਵਿੰਗ ਲਾਈਸੈਂਸ 'ਤੇ ਅਤੇ ਯੂਕੇ ਦੇ ਵਿੱਚ ਬਾਈ ਡਰਾਈਵਿੰਗ ਲਾਈਸੈਂਸ ਨਾ ਸਮਝ ਤੁਹਾਡਾ ਅੱਧਾ PR ਕਾਰਡ ਹੀ ਹੁੰਦਾ PR ਕਾਰਡ ਹੀ ਮੰਨਿਆ ਜਾਂਦਾ ਡਰਾਈਵਿੰਗ ਲਾਈਸੈਂਸ ਵੀ ਕਿਉਂਕਿ ਉੱਤੇ ਕਾਫੀ ਕੰਮ ਹੋ ਜਾਂਦਾ ਤੁਸੀਂ ਵੈਨ ਚਲਾ ਸਕਦੇ ਹਾਂ ਆਪਣੀ ਟੈਕਸੀ ਪਾ ਸਕਦੇ ਹਾਂ ਹੈ ਨਾ ਕਾਫੀ ਕੰਮ ਆ ਜਾਂਦਾ ਡਰਾਈਵਿੰਗ ਲਾਈਸੈਂਸ ਬਣਦਾ ਵੀ 10 ਸਾਲ ਵਾਸਤੇ ਆ ਉਹ ਅਤੇ ਵਧੀਆ ਚੀਜ਼ ਆ ਉਹ ਇੱਕ ਚੀਜ਼ ਹੋਰ ਬਾਈ ਕਰ ਸਕਦੇ ਆ ਸਟੂਡੈਂਟ ਜਦੋਂ ਆਪਾਂ ਨੂੰ ਬਾਈ ਕੰਮ ਨਹੀਂ ਮਿਲਦਾ ਫਿਰ ਆਪਾਂ ਨੂੰ ਸਕਿੱਲ ਅਪ ਕਰਕੇ ਕੋਈ ਜਿਹੜੀ ਸਪੈਸੀਫਿਕ ਫੀਲਡ ਆ ਹੈ ਨਾ ਉੱਧਰ ਜਾਣਾ ਹੀ ਪੈਂਦਾ ਜਿਵੇਂ ਇੱਕ ਸਿਕਿਉਰਿਟੀ ਗਾਰਡ ਦਾ ਲਾਈਸੈਂਸ ਆ ਉਹਦੇ ਵਾਸਤੇ ਟੈਸਟ ਹੁੰਦਾ ਹੈ ਨਾ ਸੇਮ ਹੀ ਹੈ ਜਿਵੇਂ ਡਰਾਈਵਿੰਗ ਦਾ ਟੈਸਟ ਹੁੰਦਾ ਤੁਹਾਨੂੰ ਪਹਿਲਾਂ ਇੱਕ ਪ੍ਰੋਵੀਜ਼ਨਲ ਅਪਲਾਈ ਕਰਨਾ ਪੈਂਦਾ ਡਰਾਈਵਿੰਗ ਟੈਸਟ ਦੇ ਲਈ ਹੈ ਨਾ ਬਾਕੀ ਗੱਲ ਇਹੀ ਆ ਬਈ ਵੀ ਜਿੰਨੀ ਕੁ ਸਕਿੱਲ ਅਪ ਕਰ ਲਉਂਗੇ ਹੈ ਨਾ ਜਿਵੇਂ ਤੁਸੀਂ ਡਰਾਈਵਿੰਗ ਲਾਈਸੈਂਸ ਬਣਾਉਣਾ ਹੈ ਨਾ ਤੁਹਾਡੇ ਕੋਲ BRP ਆ ਗਿਆ ਹੈ ਨਾ ਤੁਸੀਂ ਆਪਣਾ ਇੱਕ ਫੋਰਮ ਲੈਣਾ ਹੈ ਪੋਸਟ ਆਫਿਸ ਤੋਂ ਠੀਕ ਹੈ
D1 ਫਾਰਮ ਬੋਲਦੇ ਆ ਉਹਨੂੰ ਫਿਲ ਕਰਨਾ ਹੈ ਨਾ, ਅਤੇ ਉਹਦੇ ਵਿੱਚ ਆਪਣਾ BRP ਪਾ ਕੇ ਭੇਜਣਾ ਹੁੰਦਾ ਅਤੇ ਤੁਹਾਡਾ ਹਫ਼ਤੇ ਦੇ ਵਿੱਚ ਉਹ ਜਿਹੜਾ ਤੁਹਾਡਾ ਲਰਨਿੰਗ ਲਾਇਸੈਂਸ ਆ ਇੱਕ ਵਾਰੀ ਆ ਜਾਂਦਾ ਹੈ ਨਾ। ਉਸ ਤੋਂ ਬਾਅਦ ਤੁਸੀਂ ਜਿਹੜਾ ਇਗਜ਼ਾਮ ਕਲੀਅਰ ਕਰਨਾ, ਥਿਊਰੀ ਇਗਜ਼ਾਮ ਹੋਊਗਾ ਠੀਕ ਹੈ, ਉਹ ਤੁਸੀਂ ਕਲੀਅਰ ਕਰਨਾ ਹੈ। ਅਤੇ ਫਿਰ ਜਦੋਂ ਤੁਹਾਡਾ ਲਾਇਸੈਂਸ ਆਇਆ ਫਿਰ ਤੁਹਾਡਾ ਜਦੋਂ ਥਿਊਰੀ ਕਲੀਅਰ ਹੋ ਗਿਆ, ਥਿਊਰੀ ਤੋਂ ਬਾਅਦ ਤੁਸੀਂ ਲਾਇਸੈਂਸ ਵਗੈਰਾ ਲੈਣੇ ਆ ਠੀਕ ਹੈ, ਤਾਂ ਤੁਸੀਂ ਡਰਾਈਵ ਕਰ ਸਕਦੇ ਆ। ਅਗਰ ਤੁਸੀਂ ਥਿਊਰੀ ਕੱਢ ਲਈ ਫਿਰ ਤੁਹਾਡਾ ਤੁਸੀਂ ਮੋਪਟ ਜਿਹਨੂੰ ਆਪਾਂ ਇੱਥੇ ਸਕੂਟੀ ਵਗੈਰਾ ਕਹਿੰਦੇ ਸੀਗੇ ਮੋਪਟ ਕਹਿੰਦੇ ਉਹਨੂੰ ਇੱਥੇ ਹੈ ਨਾ ਮੋਪਟ, ਅਤੇ ਉਹ ਚਲਾ ਸਕਦੇ ਹਾਂ। ਯਾਨੀ ਕੰਮ ਹੋ ਜਾਂਦਾ ਫਿਰ ਹੈ ਨਾ, ਥੋੜ੍ਹਾ ਸ਼ੁਰੂ ਹੋ ਜਾਂਦਾ, ਡਿਫਰੈਂਟ ਹੋ ਜਾਂਦਾ, ਤੁਸੀਂ ਥੋੜ੍ਹਾ ਲਾਈਨ ਤੋਂ ਅਲੱਗ ਹੋ ਜਾਂਦੇ ਆ। ਜਿੱਥੇ ਇੰਨੇ ਲੋਕ ਮਤਲਬ ਇੱਕ ਕੰਮ ਦੇ ਲਈ ਹੈਗੇ ਆ, ਸਪੋਜ਼ ਕਰੋ ਬਿਲਡਰ ਦਾ ਜਾਂ ਕੋਈ ਹੈ ਨਾ ਜਾਂ ਫੈਕਟਰੀ ਦਾ ਇਹ ਕੰਮ ਹੈ ਨਾ, ਇੰਨੇ ਜਾਣੇ ਉੱਥੇ ਹੈਗੇ ਆ, ਅਤੇ ਤੁਸੀਂ ਫਿਰ ਉਸ ਲਾਈਨ ਤੋਂ ਵੱਖਰੇ ਹੋ ਜਾਂਦੇ ਥੋੜ੍ਹੇ ਜਿਹੇ ਹੈ ਨਾ, ਤੁਹਾਡੇ ਕੋਈ ਸਕਿੱਲ ਹੁੰਦੀ ਆ ਮਤਲਬ ਡਰਾਈਵਿੰਗ ਦੀ ਸਕਿੱਲ ਆ ਗਈ ਠੀਕ ਹੈ, ਅਤੇ ਤੁਸੀਂ ਥੋੜ੍ਹੇ ਵੱਖਰੇ ਹੋ ਜਾਂਦੇ ਆ ਗੱਲ ਬਾਈ। ਜਾਂ ਫਿਰ ਤੁਸੀਂ ਜਿਹੜਾ ਆਪਣਾ ਸਿਕਿਉਰਿਟੀ ਲਾਇਸੈਂਸ ਆ ਹੈ ਨਾ ਉਹ ਬਣਾ ਲਓ, ਉਹ ਵੀ ਸੇਮ ਹੀ ਆ, ਇੱਕ ਨਿੱਕਾ ਜਿਹਾ ਪੈਟਰਨ ਹੀ ਆ, ਇਗਜ਼ਾਮ ਹੁੰਦਾ ਹੈ ਨਾ, ਅਤੇ ਬਸ ਉਹਦੀ ਥੋੜ੍ਹੀ ਜਿਹੀ ਕਲਾਸਿਸ ਲੱਗਦੀਆਂ ਇੱਕ ਜਾਂ ਦੋ, ਉਹ ਵੀ ਕੋਈ ਜ਼ਿਆਦਾ ਨਹੀਂ, ਥੋੜ੍ਹੇ ਪੈਸੇ ਜ਼ਰੂਰ ਲੱਗਦੇ ਹੈ ਨਾ ਦੋਨਾਂ ਲਾਇਸੈਂਸ ਬਣਾਉਣ 'ਤੇ, ਡਰਾਈਵਿੰਗ ਲਾਇਸੈਂਸ ਵੀ ਅਤੇ ਸਿਕਿਉਰਿਟੀ ਵਾਲਾ ਵੀ। ਪਰ ਇਹ ਆ ਵੀ ਜਿਵੇਂ ਤੁਹਾਨੂੰ ਪਤਾ ਜੇ ਹੁਣ ਜ਼ਿਆਦਾ ਹੋ ਗਿਆ ਹੈ ਨਾ, ਜਿਵੇਂ ਸਟੂਡੈਂਟ ਜ਼ਿਆਦਾ ਹੋ ਗਏ, ਕੰਮ ਘੱਟ ਹੋ ਗਿਆ, ਤਾਂ ਫਿਰ ਕੁਛ ਨਾ ਕੁਛ ਡਿਫਰੈਂਟ ਕਰਨਾ ਹੀ ਪੈਣਾ, ਫਿਰ ਹੀ ਜਾ ਕੇ ਕਿਤੇ ਆਪਾਂ ਨੂੰ ਉਹ ਚੀਜ਼ ਆਪ ਹੈਗੀ ਆ ਜਿਹੜੀ ਜੋਬ ਵਗੈਰਾ ਉਹ ਮਿਲੂਗੀ, ਜਿਹੜੀ ਆ ਜੋਬ ਵਗੈਰਾ ਉਹ ਮਿਲੂਗੀ। ਲਾਸਟਲੀ ਬਾਈ ਮੈਂ ਇਹੀ ਕਹਿਣਾ ਚਾਹੂੰਗਾ ਸਾਰਿਆਂ ਨੂੰ ਠੀਕ ਹੈ, ਵੀ ਸਟਰਗਲ ਤਾਂ ਹਰੇਕ ਪਾਸੇ ਹੀ ਆ, ਜਿੱਥੇ ਮਰਜ਼ੀ ਚਲੇ ਜਾਓ ਜੋ ਵੀ ਕਰਨਾ ਹੈ ਨਾ ਕਰਨਾ, ਤੁਹਾਨੂੰ ਆਪ ਨਹੀਂ ਪੈਣਾ, ਤੁਹਾਡੇ ਵਾਸਤੇ ਕਿਸੇ ਹੋਰ ਨੇ ਨਹੀਂ ਕਰਨਾ। ਅਤੇ ਬਸ ਇਹੀ ਆ ਬਾਈ ਵੀ ਲੱਗ ਜਾਓ ਕਿਰਾਂ, ਕੋਈ ਨਹੀਂ, ਥੋੜ੍ਹਾ ਸਬਰ ਰੱਖੋ, ਸਾਰਾ ਕੁਛ ਠੀਕ ਹੋ ਜਾਣਾ ਹੈ ਨਾ, ਅਤੇ ਥੋੜ੍ਹਾ ਟਾਈਮ ਹੀ ਆ ਬਸ, ਕਹਿੰਦੇ ਆ ਜਨਵਰੀ ਫਰਵਰੀ ਦਾ ਮਹੀਨਾ ਐਵੇਂ ਹੀ ਹੁੰਦਾ, ਮਾਰਚ ਤੱਕ ਖੋਲ੍ਹ ਜਾਣਾ, ਹੋਪ ਸੋ ਸਾਰਿਆਂ ਨੂੰ ਕੰਮ ਮਿਲੂਗਾ ਠੀਕ ਹੈ, ਹੌਸਲਾ ਨਹੀਂ ਛੱਡਣਾ ਵੀਰੇ ਠੀਕ ਹੈ, ਅਤੇ ਠੀਕ ਹੈ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਾਈ, ਧੰਨਵਾਦ।